ਪੈਸਿਆਂ ਦੇ ਲੈਣ ਦੇਣ ਦੇ ਚਲਦੇ ਇੱਕ ਕਿਸਾਨ ਵੱਲੋਂ ਵੀਰਵਾਰ ਸਵੇਰੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵੱਲੋਂ ਲਿਖੇ ਸੁਸਾਈਡ ਨੋਟ ਦੇ ਆਧਾਰ ਤੇ 7 ਲੋਕਾਂ ਦੇ ਵਿਰੁੱਧ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ 'ਚ ਧਾਰਾ 306 ਅਧੀਨ ਕੇਸ ਦਰਜ ਕੀਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਿਕ ਮ੍ਰਿਤਕ ਨੇ ਆਪਣੀ ਜ਼ਮੀਨ 3 ਲੱਖ ਰੁਪਏ ਵਿੱਚ ਗਹਿਣੇ ਰੱਖੀ ਸੀ ਤੇ ਹੁਣ ਮ੍ਰਿਤਕ ਆਪਣੀ ਜ਼ਮੀਨ ਛਡਵਾਉਣਾ ਚਾਹੁੰਦਾ ਸੀ, ਪਰ ਮਹਿੰਗਾ ਸਿੰਘ ਨਾਮਕ ਵਿਅਕਤੀ ਦੀ ਨੀਅਤ ਖਰਾਬ ਹੋ ਗਈ ਤੇ ਉਸ ਨੇ ਆਪਣੀ ਧੀ ਦੇ ਦੁਆਰਾ ਮ੍ਰਿਤਕ ਖਿਲਾਫ ਅਗਵਾ ਦਾ ਮਾਮਲਾ ਦਰਜ ਕਰਵਾ ਦਿੱਤਾ। ਮੇਰੇ ਪਿਤਾ ਜੀ ਇੱਕ ਕਿਸਾਨ ਸੀਗੇ ਜੀ, ਤੇ ਉਹਨਾਂ ਨੇ ਕਿਸੇ ਤੋਂ ਪੈਸੇ ਲਏ ਸੀਗੇ ਜੀ, ਤੇ ਉਹ ਪੈਸਿਆਂ ਦੇ ਚੱਕਰ 'ਚ ਕਾਫੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਆਪਣਾ ਜਗੀਰ ਸਿੰਘ ਹੋ ਗਏ ਤੇ ਗੁਰਮੀਤ ਸਿੰਘ ਦੇ ਘਰ ਦੇ ਪਰਿਵਾਰ ਮੈਂਬਰ ਤੇ ਜਗੀਰ ਸਿੰਘ ਦੇ ਲੜਕੇ ਜਿਹੜੇ, ਇਹਨਾਂ ਦੀ ਵਜ੍ਹਾ ਕਰਕੇ ਹੀ ਮੇਰੇ ਪਿਤਾ ਜੀ ਨੇ ਸੁਸਾਈਡ ਕੀਤਾ। ਕਿੰਨੀ ਆਪਣਾ ਜੀ ਕਿੰਨੀ ਪੈਲੀ ਸੀ ਤੁਹਾਡੀ? 15 ਚ ਕੇਸ ਜੀ। ਕਿੰਨੀ ਪੈਲੀ ਸੀ ਤੁਹਾਡੀ? ਆਪਣਾ ਜੀ 2 ਕਿੱਲੇ ਸੀ। 2 ਕਿੱਲੇ ਪੈਲੀ ਸੀ। ਹੋਰ ਕਮਾਈ ਦਾ ਸਾਧਨ ਕੀ? ਹੋਰ ਕੋਈ ਨਹੀਂ ਸੀ, ਬਸ ਜ਼ਮੀਨਦਾਰ ਜੀ। ਤੇ ਕੀ ਪੈਲੀ ਹੜਪਣੀ ਚਾਹੁੰਦੇ? ਉਹ ਪੈਲੀ ਹੜਪਣੀ ਚਾਹੁੰਦੇ ਸੀ ਜੀ। ਪੈਲੀ ਹੜਪਣੀ, ਅਸੀਂ ਪੈਲੀ ਲੈ ਲਈ ਇਹਨਾਂ ਤੋਂ ਕਿਸੇ ਵੀ ਤਰੀਕੇ ਜਿਹੜੀ ਹੈ। ਜਗੀਰ ਸਿੰਘ ਦੀ ਵਜ੍ਹਾ ਦੇ ਕਾਰਨ, ਜਗੀਰ ਸਿੰਘ ਵੈਸੇ ਵੀ 5-7 ਸਾਲ ਤੋਂ ਸਰਦਾਰ ਮਹਿੰਗਾ ਸਿੰਘ ਨੂੰ ਤੰਗ ਪਰੇਸ਼ਾਨ 2-3 ਸਾਲ ਤੋਂ ਕਰ ਰਿਹਾ ਸੀਗਾ। ਇਹ ਕਾਫੀ ਡਿਪਰੈਸ਼ਨ 'ਚ ਰਹਿੰਦਾ ਸੀ, ਇਹਦੇ 'ਤੇ ਕੇਸ ਵੀ ਹੋਰ ਵੀ ਇਹਨੇ ਕਰਵਾਏ ਹੋਏ ਸੀ, ਝੂਠੇ ਕੇਸ ਵੀ ਕਰਵਾਏ ਹੋਏ ਸੀਗੇ। ਅਤੇ ਉਹਦੀ ਵਜ੍ਹਾ ਦੇ ਕਾਰਨ ਜਗੀਰ ਸਿੰਘ, ਜਗੀਰ ਸਿੰਘ ਦੇ ਪਰਿਵਾਰ ਔਰ ਗੁਰਮੀਤ ਸਿੰਘ ਦੀ ਲੜਕੀ, ਜੋ ਵੀ ਇਹਨਾਂ ਨੇ 3-4 ਨੇ ਆਪਣੀ ਕਹਾਣੀ ਰਚੀ ਹੈ ਆਪਣੇ ਪਿਓ ਨੂੰ ਸਾਈਡ 'ਤੇ ਕਰਕੇ, ਉਹਦੀ ਵਜ੍ਹਾ ਦੇ ਕਾਰਨ ਇਹ ਬੰਦਾ ਜਿਹੜਾ ਵਾ ਅੱਜ ਸੂਸਾਈਡ ਕਰ ਗਿਆ ਵਾ। ਅਤੇ ਅਸੀਂ ਪੁਲਿਸ ਤੋਂ, ਬਾਕੀ ਮੀਡੀਆ ਤੋਂ ਵੀ ਸਹਿਯੋਗ ਮੰਗਦੇ ਹਾਂ, ਜੋ ਕਿ ਸੱਚਾਈ ਜਿਹੜੀ ਆ ਉਹ ਸਾਹਮਣੇ ਆ ਸਕੇ। ਇੱਦਾਂ ਗੁਰਮੀਤ ਸਿੰਘ ਨਾਲ ਕਾਫੀ ਚੰਗੇ ਰਿਲੇਸ਼ਨ ਸੀ ਪਿੰਡ 'ਤੇ, ਇਹਨਾਂ ਨੇ ਆਪਸ ਵਿੱਚ ਲੈਣ ਦੇਣ ਕੋਈ 2-3 ਲੱਖ ਦਾ ਕੀਤਾ ਹੋਇਆ ਸੀ, ਉਹਨਾਂ ਨੇ ਉਹਦੇ 'ਤੇ ਵਿਆਜ ਕਰਕੇ ਅਤੇ 4.5 ਲੱਖ ਰੁਪਇਆ ਕੀਤਾ ਹੋਇਆ ਸੀ। ਪਰ ਗੁਰਮੀਤ ਸਿੰਘ ਦੇ ਮਨ ਦੇ ਵਿੱਚ, ਜਗੀਰ ਸਿੰਘ ਦੇ ਵਹਿਕਾਵੇ ਦੇ ਵਿੱਚ ਆ ਕੇ ਗੁਰਮੀਤ ਸਿੰਘ ਦਾ ਜਿਹੜਾ ਮਨ ਸੀ, ਉਹ ਮਾਇੰਡ ਉਹਦਾ ਉਹ ਇਹ ਹੋ ਗਿਆ ਕਿ ਪੈਲੀ 'ਤੇ 18-20 ਲੱਖ ਦੀ ਹੈ ਅਤੇ ਮੈਂ ਤਾਂ 2.25 ਲੱਖ ਦਿੱਤਾ। ਉਹ ਮਤਲਬ ਲਾਲਚ ਵੱਸ ਹੋ ਕੇ ਉਸ ਬੰਦੇ ਨੇ ਇਹ ਜਿਹੜਾ ਕਦਮ ਹੈ, ਮਤਲਬ ਜਗੀਰ ਸਿੰਘ ਦੇ ਮਤਲਬ ਕਹਿਣ ਦੇ ਉੱਤੇ ਹੀ ਉਹਨੇ ਇਹ ਕਦਮ ਚੁੱਕਿਆ ਵਾ। ਮਹਿੰਗਾ ਸਿੰਘ ਜ਼ਿਮੀਂਦਾਰ ਬੰਦਾ ਸੀ, ਪੈਲੀ ਠੇਕੇ 'ਤੇ ਲੈ ਕੇ ਕੰਮ ਕਰਦਾ ਸੀ, ਠੀਕ ਠਾਕ ਰੋਟੀ ਖਾਂਦਾ ਸੀ, ਆਪਣੀ ਬੱਚੇ ਆਪਣੇ ਪਾਲਦਾ ਸੀਗਾ, ਬੱਚੇ 2 ਬੇਟੀਆਂ ਉਹਨੇ ਵਹੀਆਂ ਮੈਂ, ਅਤੇ ਬੇਟਾ ਉਹਦਾ ਵੀ ਜਵਾਨ ਹੈ। ਬਾਕੀ ਮਤਲਬ ਪਿੰਡ 'ਚ ਮਹਿੰਗਾ ਸਿੰਘ ਕੋਈ ਕ੍ਰਾਈਮ ਨਾਲ ਸੰਬੰਧਿਤ ਕੋਈ ਇਹੋ ਜਿਹੀ ਉਹਦੇ ਖਿਲਾਫ ਕੋਈ ਰਿਪੋਰਟ ਨਹੀਂ ਹੈਗੀ। ਫਿਲਹਾਲ ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ਤੇ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਧਰ ਆਰੋਪੀ ਪੁਲਿਸ ਗ੍ਰਿਫਤ 'ਚੋਂ ਬਾਹਰ ਦੱਸੇ ਜਾ ਰਹੇ ਨੇ। ਪਿੰਡ ਗਿੱਲੜਾ ਪਿੰਡ ਦਾ ਜੀ, ਥਾਣੇ ਪੁਰਾਣੇ ਸ਼ਾਲੇ 'ਚ, ਉੱਥੇ ਇੱਕ ਸਾਨੂੰ ਕੰਪਲੇਂਟ ਆਈ ਸੀ ਕਿ ਬੰਦਾ ਗੁੰਮ ਹੋ ਗਿਆ 7 ਤਰੀਕ ਨੂੰ, 7/4/18 ਨੂੰ ਗੁਰਮੀਤ ਸਿੰਘ ਨਾਂ ਦਾ ਵਿਅਕਤੀ ਗੁੰਮ ਹੋਇਆ ਸੀਗਾ, ਅਤੇ ਗੁਰਮੀਤ ਸਿੰਘ ਦੀ ਲੜਕੀ ਨੇ 9 ਤਰੀਕ ਨੂੰ ਮਹਿੰਗਾ ਸਿੰਘ ਦੇ ਅਤੇ ਕੁਲਦੀਪ ਸਿੰਘ ਅਤੇ 365 ਦਾ ਆਪਣੇ ਬਾਪ ਨੂੰ ਅਗਵਾ ਕਰਨ ਦਾ ਪਰਚਾ ਦਰਜ ਕਰਵਾਇਆ ਸੀਗਾ। ਤਫਤੀਸ਼ ਚੱਲ ਰਹੀ ਸੀਗੀ, ਇਨ ਬਿਟਵੀਨ ਸਾਨੂੰ ਸਵੇਰੇ ਅੱਜ ਇੱਕ ਕਾਲ ਆਈ ਪਿੰਡ ਗੁਲੇਲੜੇ ਤੋਂ ਕਿ ਮਹਿੰਗਾ ਸਿੰਘ ਨੇ ਜਿਹੜੀ ਹੈ ਆਪਣੇ ਘਰ ਵਿੱਚ ਪੱਖੇ ਨਾਲ ਲਟਕ ਕੇ ਸੁਸਾਈਡ ਕਰ ਲਿਆ। ਮੈਂ ਆਪਣੀ ਪੁਲਿਸ ਪਾਰਟੀ ਸਮੇਤ ਮੇਰੇ DSP ਸਾਹਿਬ ਨਾਲ ਸੀ, ਅਸੀਂ ਪਿੰਡ ਗੁਲੇਲੜੇ ਪਹੁੰਚ ਕੇ ਸਾਰੇ ਹਾਲਾਤ ਦੇਖੇ। ਉਹਦੀ ਡੈੱਡ ਬੋਡੀ ਜਿਹੜੀ ਹੈ ਉਹ ਲਟਕੀ ਹੋਈ ਸੀ, ਲਾਸ਼ ਪੱਖੇ ਨਾਲ ਲਟਕੀ ਸੀ, ਲੈ ਕੇ ਕਬਜ਼ੇ 'ਚ। ਉਹ 'ਚੋਂ ਸੁਸਾਈਡ ਨੋਟ ਮਿਲਿਆ ਮਹਿੰਗਾ ਸਿੰਘ ਦੇ, ਜਿਹੜਾ ਆਪਣੇ ਹੱਥ ਲਿਖਤ ਹੈ ਉਹਦੇ ਅਨੁਸਾਰ, ਜਿਹੜੇ ਉਹਦਾ ਕਹਿਣਾ ਹੈ ਕਿ ਮੈਂ ਉਸੇ ਪਿੰਡ ਦੇ 7 ਵਿਅਕਤੀ ਨੇ, ਜਗੀਰ ਸਿੰਘ, ਉਹਦੇ 2 ਬੇਟੇ ਮਨੋਹਰ ਲਾਲ, ਪਰਮਜੀਤ ਕੌਰ, ਇੱਕ ਗੁਰਮੀਤ ਦੀ ਬੇਟੀ ਜਿਹਨੇ ਅਮਨਦੀਪ ਕੌਰ ਅਤੇ ਉਹਦੀ ਘਰ ਦੀ ਨੇ ਕਮਲਜੀਤ ਨੇ ਜਿਹੜਾ ਪਰਚਾ ਦਰਜ ਕਰਾਇਆ ਸੀ, ਉਹਨਾਂ 'ਤੇ ਦੁਖੀ ਹੋ ਕੇ, ਉਹਨਾਂ ਕੋਲੋਂ ਦੁਖੀ ਹੋ ਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ। ਜਿਹੜਾ ਬੰਦਾ ਮਰਨ ਵਾਲਾ ਇਹਨੇ ਗੁਰਮੀਤ ਸਿੰਘ ਕੋਲੋਂ
ਥੋੜ੍ਹੀ ਜ਼ਮੀਨ ਹੈ ਕੋਈ 5-6 ਕਨਾਲਾਂ ਉਹਦਾ ਬਿਆਨਾ ਕੀਤਾ ਹੋਇਆ ਸੀਗਾ। 4.5 ਲੱਖ ਰੁਪਇਆ ਦੇ ਦਿੱਤਾ ਸੀ ਅਤੇ 4,50,000 ਰੁਪਇਆ ਬਾਕੀ ਸੀਗਾ। 12 ਤਰੀਕ ਨੂੰ ਇਹਦੀ ਜਿਹੜੀ ਸੀ ਮਚਿਓਰਟੀ ਖਤਮ ਹੋ ਗਈ ਸੀ। 12 ਤਰੀਕ ਤੋਂ ਬਾਅਦ ਮਹਿੰਗਾ ਸਿੰਘ ਦੇ ਬਾਪ ਨੇ ਤਹਿਸੀਲਦਾਰ ਦੀਨਾਨਗਰ 'ਤੇ ਜਾ ਕੇ ਵੀ ਆਪਣੀ ਹਾਜ਼ਰੀ ਲਵਾ ਕੇ ਉਹ ਡੇਟ ਐਕਸਟੈਂਡ ਕਰ ਲਈ ਸੀਗੀ। ਪੈਸਿਆਂ ਦਾ ਲੈਣ ਦੇਣ ਬਿਆਨਾ ਕੀਤਾ ਸੀ, ਜ਼ਮੀਨ ਦਾ ਬਿਆਨਾ ਕੀਤਾ ਹੋਇਆ ਸੀ ਮਹਿੰਗਾ ਸਿੰਘ ਅਤੇ ਗੁਰਬੀਰ ਸਿੰਘ ਨੇ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਕਲਿੱਕ ਕਰੋ ਬੈਲ ਆਈਕੋਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ। ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।